ਬਿਸਮਿਲ੍ਲਾਹ ਰਹਿਮਾਨ ਰਹੀਮ ਅਸਲਾਮ ਅਲੈਕਮ ਦੋਸਤੋ ਦੋਸਤੋ ਮੈਂ ਜ਼ਿਸ਼ਾਨ ਅਲੀ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਜ਼ੀ ਇਨਫੋਮੈਕਸ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਦੇ ਵਿੱਚ ਕਿਉਂਕਿ ਉਰਦੂ ਚ ਗੱਲ ਕਰਨ ਦਾ ਮਕਸਦ ਸਿਰਫ ਐਨਾ ਸੀ ਕਿ ਹਰ ਬੰਦੇ ਨੂੰ ਸਮਝ ਆ ਜਾਏ ਲੇਕਿਨ ਅੱਜ ਦੀ ਵੀਡੀਓ ਮੈਂ ਪੰਜਾਬੀ ਦੇ ਵਿੱਚ ਇਸ ਲਈ ਲੈ ਕੇ ਆ ਰਿਹਾ ਕਿ ਜ਼ਿਆਦਾਤਰ ਮੇਰੇ ਸਬਸਕ੍ਰਾਈਬਰ ਜੋ ਹੈ ਨਾ ਉਹ ਪੰਜਾਬੀ ਨੇ ਤੇ ਪੰਜਾਬੀ ਦੀ ਸਮਝ ਤੇ ਖੈਰ ਸਾਰਿਆਂ ਨੂੰ ਨਹੀਂ ਆਉਂਦੀ ਲੇਕਿਨ ਜਿਨ੍ਹਾਂ ਨੂੰ ਆਉਂਦੀ ਹੈ ਬੜੇ ਚੰਗੇ ਤਰੀਕੇ ਨਾਲ ਆਉਂਦੀ ਹੈ ਅ ਅੱਜ ਵੀ ਮੇਰੇ ਕੋਲ ਵੀਜ਼ੇ ਨਾ ਸਾਊਦੀ ਅਰਬ ਦੇ ਮੇਰੇ ਕੋਲ ਤੇ ਨਹੀਂ ਖੈਰ ਮੈਂ ਵੀਜ਼ਾ ਦੀ ਇਨਫੋਰਮੇਸ਼ਨ ਹੀ ਦਿੰਨਾ ਤੁਹਾਨੂੰ ਅ ਬਾਹਰ ਬਰਾਹਲਾ ਹੈ ਕਿ ਮੇਰੇ ਜਾਂ ਪਛਾਣ ਵਾਲੇ ਨਾ ਏਜੰਸੀ ਵਾਲੇ ਮੇਰਾ ਕਜ਼ਨ ਵੀ ਹੈ ਉਹਦਾ ਵੀ ਨੰਬਰ ਮੈਂ ਸ਼ੇਅਰ ਕਰਨਾ ਤੁਹਾਡੇ ਨਾਲ ਤੇ ਉਸ ਤੋਂ ਬਾਅਦ ਹੋਰ ਵੀ ਏਜੰਸੀਆਂ ਵਾਲੇ ਹੈ ਨਾ ਜਿਹੜਾ ਜਿਨ੍ਹਾਂ ਨਾਲ ਮੇਰਾ ਕਨੈਕਟ ਹੈ ਤੇ ਇਹ ਜੋਬ ਦੇ ਮਤਲਬਕ ਵੀ ਮੈਂ ਇਨਫੋਰਮੇਸ਼ਨ ਦਿੰਦਾ ਰਹਿਣਾ ਜੋਬ ਦੇ ਮਤਲਬਕ ਇੱਕ ਦਫਾ ਮੈਂ ਨੇ ਮੈਂ ਇੱਕ ਵੀਡੀਓ ਲਗਾਈ ਸੀ ਤੇ ਉਹਦਾ ਅੱਛਾ ਰਿਸਪੌਂਸ ਮਿਲਿਆ ਉਹਦੇ ਚ ਬੰਦਿਆਂ ਦਾ ਤਨਾਜ਼ਲ ਵੀ ਹੋਇਆ ਲੇਕਿਨ ਉਸ ਤੋਂ ਬਾਅਦ ਕੁਝ ਰੀਜ਼ਨ ਦੀ ਵਜ੍ਹਾ ਤੋਂ ਉਹਨਾਂ ਦੀ ਉਹਨਾਂ ਨੇ ਮਨਾਂ ਕਰ ਦਿੱਤਾ ਮੈਂ ਉਹ ਮੈਸੇਜ ਵੀ ਸੁਣਾ ਸਕਣਾ ਤੁਹਾਨੂੰ ਤੇ ਬੜਾ ਹਾਲ ਜਿਹੜਾ ਨੇ ਮੈਨੂੰ ਵਟਸਐਪ ਦੇ ਉੱਤੇ ਮੈਸੇਜ ਕੀਤਾ ਉਹਨਾਂ ਨੂੰ ਮੈਸੇਜ ਕੀਤਾ ਉਹਨਾਂ ਨੇ ਮੈਨੂੰ ਵੇਟਿੰਗ ਦਾ ਕਿਹਾ ਤੇ ਜਿਸ ਤਰ੍ਹਾਂ ਉੱਥੋਂ ਕੋਈ ਇਨਫੋਰਮੇਸ਼ਨ ਮਿਲਦੀ ਹੈ ਮੈਂ ਉਹਦੇ ਮੁਤਲਕ ਵੀ ਵੀਡੀਓ ਬਣਾਵਾਂਗਾ ਉਸ ਤੋਂ ਬਾਅਦ ਮੇਰੀ ਖੁਦ ਦੀ ਕੰਪਨੀ ਵੀ ਅਨਕਰੀਬ ਇਨਸ਼ਾਅੱਲਾ ਤਨਾਜ਼ਲ ਓਪਨ ਕਰ ਰਹੀ ਹੈ ਜਿਸ ਤਰ੍ਹਾਂ ਤਨਾਜ਼ਲ ਓਪਨ ਕਰਦੇ ਨੇ ਉਹ ਵੀ ਵੀਡੀਓ ਇਨਸ਼ਾਅੱਲਾ ਮੈਂ ਬਣਾਵਾਂਗਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੋਬ ਦੇ ਮਤਲਬਕ ਇਹ ਵੀਡੀਓ ਅਪਲੋਡ ਕਰਦਾ ਰਹਿੰਦਾ ਉਹਨਾਂ ਨੇ ਬਕਾਇਦਾ ਮੈਨੂੰ ਖੁਦ ਕਿਹਾ ਕਿ ਜਦੋਂ ਵੀ ਕੋਈ ਮਸਲਨ ਕੇ ਤਨਾਜ਼ਲ ਓਪਨ ਹੁੰਦੇ ਨੇ ਤੇਰੇ ਨਾਲ ਅਸੀਂ ਜ਼ਰੂਰ ਸ਼ੇਅਰ ਕਰਾਂਗੇ ਤੂੰ ਆਪਣੇ ਚੈਨਲ ਦੇ ਉੱਤੇ ਲਗਾ ਤੇ ਉਹਦੇ ਨਾਲ ਆਇਆ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਬੰਦੇ ਸਾਡੇ ਕੋਲ ਆਣਗੇ ਅਸੀਂ ਉਹਨਾਂ ਦਾ ਇੰਟਰਵਿਊ ਲਾਵਾਂਗੇ ਉਹਦੇ ਵਿੱਚੋਂ ਚੰਦ ਬੰਦੇ ਅਸੀਂ ਸਿਲੈਕਟ ਕਰ ਲਾਂਗੇ ਉਹ ਇਹ ਫਾਇਦਾ ਉਹਨਾਂ ਨੂੰ ਬਰਾਹਾਲ ਚੱਲਦੇ ਆਜ ਦੀ ਵੀਡੀਓ ਦੀ ਤਰਫ ਤੇ ਵੀਡੀਓ ਅੱਜ ਦੀ ਜਿਹੜੀ ਹੈ ਨਾ ਇਹ ਵੀ तकरीबन ਵੀਜ਼ਿਆਂ ਦੇ ਮਤਲਕ ਹੀ ਆ ਕਿਉਂਕਿ ਮੇਰੀ ਵੀਡੀਓ ਹੁੰਦੀ ਵੀਜ਼ਿਆਂ ਦੇ ਮਤਲਕ ਆ ਜਾਂ ਜੋਬਸ ਦੇ ਮਤਲਕ ਹੈ ਤੇ ਸਬਸਕ੍ਰਾਈਬ ਜਿਹੜਾ ਨੇ ਮੈਨੂੰ ਕੀਤਾ ਦਾ ਮੈਂ ਉਹਨਾਂ ਦਾ ਬਹੁਤ بڑا ਸ਼ੁਕਰਗੁਜ਼ਾਰ ਆ ਕਿਉਂਕਿ ਮੈਂ ਸਬਸਕ੍ਰਾਈਬਰ ਜਿਹੜੇ ਨੇ ਇਹ ਪਰਚੇਜ਼ ਵੀ ਬੰਦਾ ਕਰ ਸਕਦਾ 10000 ਰੁਪਏ ਦੇ ਜਾਂ 12-15000 ਰੁਪਏ ਦੇ ਤੇ ਸੋਦੀ ਰੱਬ ਦੇ ਅੰਦਰ ਅਲਹਮਦੁਲਿਲਾ ਮੈਂ ਅੱਛੀ ਖਾਸੀ ਮੇਰੀ ਸੈਲਰੀ ਹੈ ਤੇ ਮੈਂ ਪਰਚੇਸ ਵੀ ਕਰ ਸਕਣਾ ਲੇਕਿਨ ਮੈਂ ਨਹੀਂ ਚਾਹਦਾ ਮੇਰੇ ਕੋਲ ਅਗਰ 200 ਸਬਸਕ੍ਰਾਈਬਰ ਹੈ ਇਸ ਟਾਈਮ ਤੇ ਮੇਰਾ 500 600 ਵਿਊਜ਼ ਆ ਰਿਹਾ ਮੇਰੇ ਵੀਡੀਓ ਦੇ ਉੱਤੇ ਤੇ ਮੈਨੂੰ ਇੱਕ ਦਿਲੀ ਖੁਸ਼ੀ ਹੁੰਦੀ ਹੈ ਇੱਕ ਹੌਸਲਾ ਫਜ਼ਾਈ ਹੁੰਦੀ ਹੈ ਤੇ ਹੋਰ ਮੇਰਾ ਮਕਸਦ ਸਿਰਫ ਇੰਨਾ ਹੀ ਹੈ ਕਿ ਤੁਹਾਡੇ ਲੋਕਾਂ ਨਾਲ ਇੱਕ ਮਸਾਂ ਕਿ ਜਿਹੜੀ ਵੀ ਮੇਰੇ ਕੋਲ ਇਨਫੋਰਮੇਸ਼ਨ ਆਏ ਉਹ ਇਨਫੋਰਮੇਸ਼ਨ ਮੈਂ ਜ਼ੇਨ ਦੇ ਵਿੱਚ ਰੱਖ ਕੇ ਤੇ ਫਾਇਦਾ ਕੋਈ ਨਹੀਂ ਉਹਦਾ ਉਹ ਮੈਂ ਤੁਹਾਡੇ ਲੋਕਾਂ ਨਾਲ ਸ਼ੇਅਰ ਕਰਾਂ ਠੀਕ ਹੈ ਤੇ ਅੱਜ ਦੀ ਜਿਹੜੀ ਇਨਫਾਰਮੇਸ਼ਨ ਆ ਉਹ ਵੀ ਵੀਜ਼ਿਆਂ ਦੇ ਮਤਲਬਾ ਸਾਉਦੀ ਅਰਬ ਦੇ ਵੀਜ਼ੇ ਨੇ ਸਾਈਟ ਤੇ ਤੁਸੀਂ ਦੇਖ ਰਹੇ ਹੋ ਪੋਸਟ ਲੱਗੀ ਦੀ ਇਹ ਤੁਸੀਂ ਵੇਖ ਲਓ ਇਹ 1500 ਤੋਂ 2000 ਰੁਪਿਆ ਦੀ 2000 ਰਿਆਲ ਦੀ ਸੈਲਰੀ ਹੈ ਸਾਉਦੀ ਅਰਬ ਦੇ ਵੀਜ਼ੇ ਨਾਲ 30 ਤਰੀਕ ਨੂੰ ਇਹਨਾਂ ਦਾ 30 ਸਤੰਬਰ ਨੂੰ ਬਰੋਜ਼ ਹਫਤੇ ਨੂੰ ਇੰਟਰਵਿਊ ਨੇ ਇਹਨਾਂ ਦੇ ਤੇ ਵੀਡੀਓ ਦੇ ਆਖਰ ਤੇ ਤੁਹਾਨੂੰ ਜਿਹੜਾ ਨਾ ਉਹ ਵੀ ਮਿਲ ਜਾਏਗਾ ਆਪਣਾ ਏਜੰਸੀ ਦਾ ਨੰਬਰ ਵੀ ਮਿਲ ਜਾਏਗਾ ਉਹਦੇ ਨਾਲ ਤੁਸੀਂ ਕੰਟਰੈਕਟ ਕਨੈਕਟ ਕਰਕੇ ਤੇ ਆਪਣਾ ਇੰਟਰਵਿਊ ਵਾਸਤੇ ਉਹਨਾਂ ਨੂੰ ਪੁੱਛ ਸਕਦੇ ਹੋ ਕਿਹੜੀ ਜਗ੍ਹਾ ਤੇ ਨੇ ਠੀਕ ਹੈ 30 ਤਰੀਕ ਨੂੰ ਇੰਟਰਵਿਊ ਨੇ ਇਹਨਾਂ ਦੇ ਉਸ ਤੋਂ ਬਾਅਦ ਜਿਹੜਾ ਨਾ ਵੈਲਡਰ ਅਬੂਜ਼ਾਬੀ ਦੇ ਵੀਜ਼ੇ ਨੇ ਵੈਲਡਰ ਵੈਲਡਿੰਗ ਦੇ ਠੀਕ ਹੈ ਇਹਦੀ ਵੀ ਪੋਸਟ ਤੁਸੀਂ ਆ ਸਾਈਡ ਦੇ ਉੱਤੇ ਵੇਖ ਰਹੇ ਹੋ ਲੱਗਦੀ ਆ ਤੇ ਇਹ ਤੁਸੀਂ ਪੜ ਲਓ ਜ ਮਸਾਂ ਕਿ ਵੈਲਡਿੰਗ ਦੇ ਮਤਲਬਕ ਮਨੂੰ ਤੇ ਇੰਨਾ ਕੋਈ ਖਾਸ ਇਲਮ ਨਹੀਂ ਹੈ ਇਹ ਵਾਲੇ ਬੰਦੇ ਇਹਨਾਂ ਨੂੰ ਚਾਹੀਦੇ ਨੇ ਇਹਦੀ ਇਹਨਾਂ ਨੂੰ 200 ਤਦਾਦ ਹੈ ਵੈਲਡਰਾਂ ਦੀ ਤੇ ਇਸ ਕੈਟਾਗਰੀ ਦੇ ਬੰਦੇ ਇਹਨਾਂ ਨੂੰ ਚਾਹੀਦੇ ਨੇ ਠੀਕ ਹੈ ਤੇ 6 ਤਰੀਕ ਤੋਂ ਲੈ ਕੇ ਤੇ 9 ਤਰੀਕ ਤੱਕ 6 ਅਕਤੂਬਰ ਤੋਂ ਲੈ ਕੇ 9 ਅਕਤੂਬਰ ਤੱਕ ਜਿਹੜਾ ਨਾ ਇਹਨਾਂ ਦੇ ਇੰਟਰਵਿਊ ਨੇ ਤੇ ਬਕਾਇਦਾ ਬਹੁਤ ਅੱਛੀ ਕੰਪਨੀ ਆਏ ਤੇ ਅਬੂ ਜ਼ਬੀ ਦੇ ਇਨਸ਼ਾਅੱਲਾ ਉਮੀਦ ਹੈ ਕਿ ਵੀਜ਼ੇ ਵੀ ਇਹ ਸਸਤੇ ਹੀ ਹੋਣਗੇ ਤੇ ਨੰਬਰ ਤੁਸੀਂ ਰਾਬਤਾ ਕਰਕੇ ਉਹਨਾਂ ਨਾਲ ਏਜੰਸੀ ਵਾਲਿਆਂ ਨਾਲ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਬਾਕੀ ਦੀ ਕਿਸ ਦਿਨ ਮਤਲਬ ਕਿ ਕਿੰਨੇ ਵਜੇ ਇੰਟਰਵਿਊ ਹੈ ਤੇ ਕੀ ਕੀ ਹੈ ਇਹਦੇ ਵਿੱਚ ਹਾਂ ਇੱਕ ਗੱਲ ਹੈ ਕਿ 5 ਸਾਲ ਦਾ ਤਜਰਬਾ ਤਜਰਬਾ ਜਿਹੜਾ ਨਾ ਇਹ ਤੁਹਾਡਾ ਹੋਣਾ ਜ਼ਰੂਰੀ ਹੈ 5 ਸਾਲ ਦਾ ਤਜਰਬਾ ਲਾਜ਼ਮੀ ਹੈ ਅਬੂਜ਼ਬੀ ਵਾਸਤੇ ਵੈਲਡਿੰਗ ਦਾ ਠੀਕ ਹੈ ਪਾਕਿਸਤਾਨ ਦਾ ਤੇ ਬਾਕੀ ਉਮੀਦ ਹੈ ਕੁਝ ਵੀ ਪ੍ਰਹਾਵ ਨੇ ਮੈਨੂੰ ਕਿਹਾ ਸੀ ਕਿ ਤੂੰ ਪੰਜਾਬੀ ਦੇ ਵਿੱਚ ਵੀਡੀਓ ਬਣਾ ਬਾਕੀ ਅਲhamdulillah ਅੱਛਾ ਰਿਸਪੌਂਸ ਦਿੱਤਾ ਤੁਸੀਂ ਮੈਂ ਖੁਸ਼ ਸ਼ੁਕਰਗੁਜ਼ਾਰ ਹਾਂ ਤੁਹਾਡਾ ਤੇ ਮੈਂ ਹੁਣ ਇਹ ਵੀਡੀਓ ਅਪਲੋਡ ਇਨਸ਼ਾਅੱਲਾ ਕਰਦੇ ਰਾਂਗਾ ਮੈਂ ਕਿਸੇ ਵੀ ਇਨਫਰਮੇਸ਼ਨ ਦੇ ਮਤਲਬਕੀ ਵੀਡੀਓ ਅਪਲੋਡ ਹੁੰਦੀ ਰਹੇਗੀ ਜ਼ਰੂਰੀ ਨਹੀਂ ਕਿ ਵੀਜ਼ਾ ਦੇ ਮਤਲਬਕ ਹੀ ਹੋਏਗੀ ਆ ਜੌਬਸ ਦੇ ਮਤਲਬਕ ਵੀ ਹੋਏਗੀ ਵੀਡੀਆ ਦੇ ਵੀਡੀਓ ਦੇ ਮਤਲਬਕ ਵੀ ਹੋਏਗੀ ਉਸ ਤੋਂ ਬਾਅਦ ਸੌਰੀ ਵੀਜ਼ਾ ਦੇ ਮਤਲਬਕ ਵੀ ਹੋਏਗੀ ਜੌਬ ਦੇ ਮਤਲਬਕ ਵੀ ਹੋਏਗੀ ਉਸ ਤੋਂ ਬਾਅਦ ਆ ਕਿ ਬਾਕੀ ਵੀ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਾਂਗਾ ਕਿ ਇੱਥੋਂ ਦਾ ਕੰਪਨੀਆ ਦਾ ਵਿਜ਼ਿਟ ਕਰਕੇ ਕੁਝ ਲੋਕਾਂ ਦਾ ਇੰਟਰਵਿਊ ਲੈ ਆ ਜਾਏ ਉਹ ਕੰਪਨੀਆਂ ਦਾ ਜਿੰਨਾ ਵੀ ਮਸਾਂ ਕਿ ਜਿਹੜਾ ਸਰਕਟ ਆ ਜੋ ਵੀ ਹੈ ਆ ਮਸ਼ਹੂਰ ਮਸ਼ਹੂਰ ਕੰਪਨੀਆਂ ਦਾ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ ਕਿ ਤੁਹਾਡੇ ਇਲਮ ਚ ਆਏ ਬਾਕੀ ਆਪਣੇ ਵੀਰ ਨੂੰ ਇਜ਼ਾਜ਼ਤ ਦਿਓ ਪ੍ਰੈਸ ਕਰ ਲੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਆਪਣੇ ਵੀਰ ਨੂੰ ਦਿਓ ਇਜ਼ਾਜ਼ਤ ਓਕੇ ਅੱਲਾਹ ਹਾਫਿਜ਼